ਹਾਂ ਜੀ ਨਾਇ ਕੇ ਆ ਗਈ। ਅੱਜ ਅਨਾਜ ਨੇ ਪਾਈ ਹੈ ਬਹੁਤ ਹੀ ਸੁੰਦਰ ਬਲੈਕ ਕਲਰ ਦੀ ਫਰਾਕ, ਇਹਨੂੰ ਮੈਂ ਕਿਹਾ ਕੰਘੀ ਕਰਾ ਲਾ ਤੇ ਕਹਿੰਦੀ ਹੈ ਕਿ ਆਪਣਾ ਹੇਅਰ ਸਟਾਈਲ ਮੈਂ ਆਪੇ ਕਰੂੰਗੀ। ਦੇਖੋ ਹਾਂ ਰੁਕ ਗਈ, ਬੋਲੋ ਕੁਛ ਕਹਿਣਾ ਆਪਣੇ ਬਾਬਾ ਜੀ ਕੀ ਕਹਿ ਰਹੇ ਹੈ? ਕਿਸੀ ਸੇ ਕੰਘੀ ਕਰਾ ਲੋ, ਕਿਸੀ ਸੇ ਕੰਘੀ ਕਰਾ ਲੋ। ਅਬ ਯੇ ਕੌਨ ਹੈ ਫੋਨ ਪੇ? ਤੋ ਫਿਰ ਮੇਰੇ ਸੇ ਕਰਾ ਨਾ ਕੰਘੀ, ਆਪਣੇ ਆਪ ਥੋੜੀ ਆਤੀ ਹੈ ਤੇਰੇ ਕੋ ਕੰਘੀ ਕੰਘੀ। ਹਾਂ ਦੇਖੋ ਹੀਰੋਇਨ ਬਣ ਗਈ ਹੈ, ਕੰਘੀ ਕਰਾ ਨਹੀਂ ਰਹੀ ਤੇ ਏਦਾਂ ਬਣ ਕੇ ਘੁੰਮ ਰਹੀ ਹੈ। ਤੇ ਮੈਂ ਦੇਖ ਰਹੀ ਸੀ ਕੁੰਡਲੀ ਵਗ ਗਿਆ, ਕਿਉਂਕਿ ਰਾਤੀ ਅੱਜ ਕੱਲ ਮੈਂ ਦੇਖ ਨਹੀਂ ਪਾਉਂਦੀ ਤੇ ਮੈਂ ਸੋਚਿਆ ਹੁਣ ਮੈਂ ਵਿਹਲੀ ਹੋਈ ਸੀ, ਅੱਜ ਮੇਰੇ ਬਹੁਤ ਜ਼ਿਆਦਾ ਬੈਕ ਪ੍ਰੋਬਲਮ ਹੈ, ਇੰਜੈਕਸ਼ਨ ਲੱਗਾ, ਡਾਕਟਰ ਕੋਲੋਂ ਜਾ ਕੇ ਫਿਜ਼ੀਓਥੈਰੇਪੀ ਕਰਾ ਕੇ ਆਈ ਹਾਂ ਮੈਂ, ਮੇਰੀ ਹਾਲਤ ਅੱਜ ਬਹੁਤ ਖਰਾਬ ਸੀ। ਸ਼ਾਇਦ ਮੈਂ ਨਾ 3 ਦਿਨ ਹੋ ਗਏ ਮੈਂ ਪੈਦਲ ਗੁਰਦੁਆਰੇ ਜਾਂਦੇ ਹੋਏ, ਤੇ ਉਹਨੇ ਮੈਨੂੰ ਕਿਹਾ ਕਿ ਤੁਹਾਨੂੰ ਇੰਨਾ ਲਗਾਤਾਰ ਪੈਦਲ ਨਹੀਂ ਤੁਰਨਾ, ਵਿੱਚ ਬ੍ਰੇਕ ਲੈ ਕੇ ਤੁਰਨਾ ਹੈਗਾ, ਤੇ ਤੁਸੀਂ ਲਗਾਤਾਰ ਤੁਰ ਲਿਆ ਉਹਦੀ ਵਜ੍ਹਾ ਦੇ ਨਾਲ ਮੇਰੇ ਪ੍ਰੋਬਲਮ ਫਿਰ ਸ਼ੁਰੂ ਹੋ ਗਈ ਤੇ ਇਸ ਤੋਂ ਪਹਿਲੇ ਵੱਧ ਜਾਂਦੀ ਤੇ ਮੈਂ ਅੱਜ ਫਿਜ਼ੀਓਥੈਰੇਪੀ ਕਰਾਇਆ ਹੀ ਜਾ ਕੇ। ਤੇ ਹੁਣ ਉਹਨੇ ਮੈਨੂੰ ਮਨਾ ਕਰਤਾ, ਉਹ ਕਹਿੰਦਾ ਕਿ ਤੁਸੀਂ ਸਟੈਪ ਬਾਏ ਸਟੈਪ ਤੁਰੋ ਤੁਰੋ ਲੇਕਿਨ ਥੋੜ੍ਹਾ ਥੋੜ੍ਹਾ ਜਿਹਾ, ਅਤੇ ਉਸ ਤੋਂ ਬਾਅਦ ਲਗਾਤਾਰ ਨਹੀਂ ਇੰਨਾ ਤੁਰਨਾ, ਅਗਰ ਲਗਾਤਾਰ ਤੁਰਨਾ ਤਾਂ ਮੈਨੂੰ ਬੈਲਟ ਲਿਆਉਣੀ ਪਏਗੀ। ਮੈਂ ਹੁਣ ਬੈਲਟ ਮੰਗਵਾਉਂਦੀ ਹਾਂ ਅਤੇ ਮੈਂ ਬੈਲਟ ਲਗਾ ਕੇ ਫਿਰ ਮੈਂ ਤੁਰਾਂਗੀ। ਅਤੇ ਹੁਣ ਥੋੜ੍ਹਾ ਜਿਹਾ ਵਜ਼ਨ ਵੀ ਵੱਧ ਗਿਆ, ਉਹਦੇ ਲਈ ਮੈਂ ਹੁਣ ਸ਼ਹਿਦ ਵੀ ਲਿਆਈ ਹਾਂ, ਥੋੜ੍ਹਾ ਜਿਹਾ ਕੁਛ ਲਿਕੁਇਡ ਵੀ ਲਿਆਈ ਹਾਂ, ਮੈਂ ਹੁਣ ਉਹ ਪੀਣਾ ਸ਼ੁਰੂ ਕਰਦੀ ਹਾਂ ਅਤੇ ਫਿਰ ਮੈਨੂੰ ਵਜ਼ਨ ਵੀ ਘਟਾਉਣਾ ਆਪਣਾ ਥੋੜ੍ਹਾ, ਅਤੇ ਉਹਦੇ ਨਾਲ ਵੀ ਜਿਹੜੀ ਦਿੱਕਤ ਆ ਸਕਦੀ ਹੈ। ਹਾਂ ਅਤੇ ਫਿਰ ਦੇਖਦੇ ਹਾਂ, ਹੁਣ ਤੁਹਾਨੂੰ ਮਿਲਾਂਗੀ ਮੈਂ ਥੋੜ੍ਹੀ ਦੇਰ ਬਾਅਦ। ਅਰਨਾਜ਼ ਹੀ ਕਰ ਲਈਏ ਕੰਘੀ, ਕਿਉਂਕਿ ਅਰਨਾਜ਼ ਕਰਾਉਂਦੀ ਨਹੀਂ ਹੈ ਕੰਘੀ। ਅੱਜ ਅਰਨਾਜ਼ ਨੇ ਪਾਈ ਹੈ ਬਲੈਕ ਫਰੋਕ, ਅੱਜ ਅਰਨਾਜ਼ ਬਹੁਤ ਕਿਊਟ ਲੱਗ ਰਹੀ ਹੈ ਬਲੈਕ ਫਰੋਕ ਦੇ ਵਿੱਚ। ਕਹਿੰਦੀ ਮੈਂ ਫਰੋਕ ਹੀ ਪਾਉਣੀ ਹੈ, ਮੈਂ ਢੂੰਡ ਢੂੰਡ ਕੇ ਮੈਂ ਇਹਨੂੰ ਇਹ ਫਰੋਕ ਪਾਈ ਹੈ, ਅਤੇ ਇਹ ਬਹੁਤ ਹੀ ਕਿਊਟ ਲੱਗ ਰਹੀ ਹੈ, ਬਹੁਤ ਕਿਊਟ, ਬਹੁਤ ਪਿਆਰੀ, ਲੇਕਿਨ ਇਹ ਬੜੀ ਬਦਤਮੀਜ ਹੋ ਗਈ ਹੈ, ਕੰਘੀ ਨਹੀਂ ਕਰਾ ਰਹੀ। ਦੇਖੋ ਕਿੱਦਾਂ ਬਾਲ ਸਵਾਰ ਰਹੀ ਹੈ ਆਪਣੇ ਆਪ ਲੱਗੀ ਹੋਈ ਬਾਲ ਸਵਾਰਨ। ਚਲੋ ਮਿਲਾਂਗੇ ਹੁਣ ਤੁਹਾਨੂੰ ਫਿਰ ਥੋੜ੍ਹੀ ਦੇਰ ਬ੍ਰੇਕ ਤੋਂ ਬਾਅਦ, ਥੋੜ੍ਹੀ ਦੇਰ ਬਾਅਦ ਫਿਰ ਤੁਹਾਨੂੰ ਕਾਲ ਮਿਲਾਉਂਦੀ ਹਾਂ, ਮੈਂ ਗੱਲ ਕਰਦੀ ਹਾਂ ਤੁਹਾਡੇ ਨਾਲ। ਇਹਦੀ ਕੰਘੀ ਕੰਘੀ ਕਰ ਲਵਾਂ, ਸੁਣ ਲਓ ਇਹਦੀ। ਹੈਲੋ ਦੋਸਤੋ, ਐਸੇ ਕੰਘੀ ਹਮ ਅੱਛੀ ਸੀ ਕੰਘੀ ਕਰੇਂਗੇ, ਐਸੇ ਕੰਘੀ ਮਾਰ ਕੇ ਐਸੇ ਬਾਲ ਚੁੜਾਏ, ਸੁਣ ਰਹੇ ਹੋ ਇੰਸਟਰਕਸ਼ਨ, ਕੈਸੇ ਬਾਲ ਚੁੜਾਏ, ਐਸੇ ਕੰਘੀ ਕਰਕੇ ਨੀਚੇ ਸੇ ਐਸੇ ਬਾਲ ਚੁੜਾਏ। ਚਲੋ ਜੀ, ਚਲੋ ਹੁਣ ਇਹਦੀ ਕੰਘੀ ਕੁੰਘੀ ਕਰਕੇ ਨਾ ਫਿਰ ਮਿਲਦੇ ਹਾਂ। ਅੱਜ ਮੇਰੇ ਕੋਲ ਰੋਟੀ ਸਬਜ਼ੀ ਨਹੀਂ ਬਣੀ, ਅੱਜ ਅਸੀਂ ਸਾਹਮਣੇ ਪੂੜੀ ਛੋਲੇ ਦਾ ਲੰਗਰ ਲਿੱਤਾ, ਠੀਕ ਹੈ? ਓਕੇ ਮਿਲਾਂਗੇ ਥੋੜ੍ਹੀ ਦੇਰ। ਉਹ ਜੀ ਅੱਜ ਫਿਰ ਸਾਡੇ ਘਰ ਆਈ ਹੋਈ ਹੈ ਲਾਡੋ, ਕੌਣ ਆਇਆ? ਲਾਡੋ, ਬਿੰਦੂ ਆਈ ਸੀਗੀ ਥੋੜ੍ਹੀ ਦੇਰ, ਬਿੰਦੂ ਬੈਠੀ, ਬਿੰਦੂ ਚਲੀ ਗਈ, ਲਾਡੋ ਇੱਥੇ ਹੀ ਰਹਿ ਗਈ, ਇਹਦੇ ਨਾਲ ਅਨਾਜ਼ ਨਾਲ ਖੇਲਣ ਲਈ ਆਈ ਹੈ। ਇੰਨੇ ਅਨਾਜ਼ ਨੇ ਸਾਨੂੰ ਅੱਜ ਬਹੁਤ ਪਰੇਸ਼ਾਨ ਕੀਤਾ ਹੋਇਆ, ਲਾਡੋ ਨੂੰ ਵੀ ਬਹੁਤ ਤੰਗ ਕਰ ਰਹੀ ਹੈ, ਦੋਨੋਂ ਜਣੀਆਂ ਮਿਲ ਕੇ ਖੂਬ ਭੜਤੂ ਚੱਕਿਆ ਹੋਇਆ ਇਹਨਾਂ ਨੇ। ਕੱਲ ਛੁੱਟੀ ਹੈ ਇਸ ਕਰਕੇ ਇੰਜੋਏ ਕਰ ਰਹੀਆਂ ਨੇ, ਹੈ ਲਾਡੋ? ਕੱਲ ਛੁੱਟੀ ਹੈ ਨਾ, ਅੱਜ ਇੰਜੋਏ ਕਰ ਰਹੀਆਂ ਨੇ, ਲਾਈਫ ਲਾਈਫ ਦੇ ਮਜ਼ੇ ਲੈ ਰਹੀਆਂ ਨੇ, ਇਹਨਾਂ ਨੂੰ ਕੋਈ ਟੈਨਸ਼ਨ ਨਹੀਂ, ਕੋਈ ਫਿਕਰ। ਓ ਰੁਕ ਲਓ ਜੀ, ਇਹਨੇ ਪਾਣੀ ਦਾ ਕਰ ਲਿਆ ਗਲਾਸ ਫੁੱਲ, ਇੱਕ ਮਿੰਟ ਮੈਂ ਪੂਰਾ ਪੀ ਲਵਾਂ ਮਾੜਾ ਜਿਹਾ ਵਿੱਚੋਂ ਦੀ। ਇਹ ਗੰਦੀ ਕੁੜੀ, ਇਹ ਇੱਕ ਵਾਰੀ ਗੰਦੀ, ਆਹ ਦੇਖੋ ਡਾਂਸ ਹੋ ਰਿਹਾ ਇਹਦਾ ਹੁਣ, ਚਲੋ ਡਾਂਸ ਕਰ ਲਓ, ਹੁਣ ਡਾਂਸ ਕਰ ਲਓ। ਓਏ ਮੱਖਣ ਮਲਾਈ, ਹੁਣ ਸਪੀਕਰ ਔਨ ਕਰਨ ਚੱਲੀ ਹੈ। ਲਓ ਜੀ ਹੁਣ ਹੋਏਗਾ ਸਪੀਕਰ ਔਨ, ਹੁਣ ਸਪੀਕਰ ਔਨ ਹੋ ਕੇ ਹੋਣਗੇ ਹੁਣ ਡਾਂਸ,
ਹੁਣ ਵੀਡੀਓ ਸ਼ੂਟ ਨਹੀਂ ਹੋਣੀ, ਹੁਣ ਵੀਡੀਓ ਰੀਹਲ ਸਪੀਕਰ ਔਨ ਨਹੀਂ ਹੋਇਆ, ਔਨ ਕਰ ਆਈ, ਹੁਣ ਕਰ ਆਈ ਗਾਣੇ ਔਨ, ਹੁਣ ਗਾਣੇ ਲੱਗਣਗੇ ਤੇ ਦੋਨੋਂ ਭੈਣਾਂ ਲੱਗਣਗੀਆਂ ਨੱਚਣ, ਹੁਣ ਇਹ ਕੰਮ ਹੋਣਾ ਸਾਡੇ ਘਰ ਦੇ ਅੰਦਰ। ਆ ਗਈ ਜੀ, ਆ ਗਈ, ਆ ਗਈ ਜੀ, ਆ ਗਈ, ਨੱਚਣ ਆ ਗਈ ਮੇਰੀ ਕੁੜੀ ਨਿੱਕੀ ਜਿਹੀ। ਅੱਜ ਇਹਨੇ ਫਰਾਕ ਕੀ ਪਾਈ ਹੈ ਤੇ ਘੁੰਮ ਘੁੰਮ ਕੇ ਦੱਸਦੀ ਹੈ, ਫਰਾਕ ਫਾੜ ਵੀ ਲਈ ਹੈ, ਐਡੀ ਸੋਹਣੀ ਫਰਾਕ ਦਾ ਕਰ ਲਿਆ ਇਹਨੇ ਕੰਮ, ਉਤਾਰਦੀ ਨਹੀਂ ਪਈ, ਕੁਛ ਨਹੀਂ ਕਰਦੀ, ਕਹਿਣਾ ਨਹੀਂ ਮੰਨਦੀ ਪਈ। ਚਲੋ ਇਹਨਾਂ ਨੂੰ ਲਾ ਦਈਏ ਗਾਣੇ, ਇਹ ਲੈ ਨੱਚ, ਤੇ ਆਪਾਂ ਤੁਹਾਨੂੰ ਮਿਲਾਂਗੇ ਥੋੜ੍ਹੀ ਦੇਰ ਬਾਅਦ। ਸਤਿ ਸ਼੍ਰੀ ਅਕਾਲ ਦੋਸਤੋ, ਅਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ। ਮੈਨੂੰ ਪਤਾ ਨਹੀਂ ਮੰਮੀ ਨੇ ਵਲੋਗ ਦੀ ਸ਼ੁਰੂਆਤ ਕੀਤੀ ਹੈ ਕਿ ਨਹੀਂ ਕੀਤੀ, ਚਲੋ ਮੈਂ ਕਰ ਦਿੰਦੀ ਹਾਂ। ਸਤਿ ਸ਼੍ਰੀ ਅਕਾਲ ਦੋਸਤੋ, ਵੈਲਕਮ ਬੈਕ ਟੂ ਇੱਕ ਹੋਰ ਵਧੀਆ ਚਾ ਵਲੋਗ, ਤੁਹਾਡਾ ਆਪਣਾ ਚੈਨਲ ਮਿਸਟਰ ਸ਼ਾਮ ਦੇ ਸਵਾ 7 ਹੋਣ ਵਾਲੇ ਆ। ਅੱਜ ਮੈਂ 7:15 ਵਜੇ ਘਰ ਆਈ, ਇੰਨਾ ਦਿਮਾਗ ਖਰਾਬ ਹੋਇਆ ਪਿਆ, ਮੈਂ ਇੰਨੀ ਕੁ ਜ਼ਿਆਦਾ ਥੱਕੀ ਪਈ ਹਾਂ, ਬਸ ਮੈਂ ਕੁਛ ਦੱਸ ਨਹੀਂ ਸਕਦੀ। 4-5 ਦਿਨ ਹੋ ਗਏ ਜਦੋਂ ਤੋਂ ਮੈਂ ਟ੍ਰੇਨਿੰਗ ਤੋਂ ਬਾਅਦ ਜੁਆਇਨ ਕੀਤਾ ਨਾ, ਰੋਜ਼ 6 ਵੱਜਦੇ ਆ ਬ੍ਰਾਂਚ, ਰੋਜ਼ 6:15, 6:15, 6:15 ਸਾਢੇ 6 ਵੱਜਦੇ ਆ ਬ੍ਰਾਂਚ 'ਚ। ਅੱਜ ਮੈਂ 7:45 ਘਰ ਆਈ ਹਾਂ, ਮੇਰਾ ਸਿਰ ਇੰਨਾ ਦਰਦ ਹੋ ਰਿਹਾ, ਮੈਨੂੰ ਬਹੁਤ ਤੇਜ਼ ਭੁੱਖ ਲੱਗੀ ਹੋਈ ਆ, ਲੇਕਿਨ ਗੁਰਦੁਆਰਾ ਸਾਹਿਬ ਜਾਣਾ, ਮੱਥਾ ਟੇਕਣ, ਪ੍ਰਸ਼ਾਦ ਬਣਾਇਆ ਹੋਇਆ ਮੰਮੀ ਨੇ, ਪ੍ਰਸ਼ਾਦ ਉੱਥੇ ਦੇ ਕੇ ਆਉਣਾ, ਕਾਲੀ ਛੋਲਿਆਂ ਦਾ ਸ਼ਨੀਵਾਰ ਆਪਾਂ ਦੇਖ ਕਰਨੇ ਹੁੰਦੇ ਹਾਂ, ਅਤੇ ਮੈਂ ਸੋਚ ਰਿਹਾ ਹੁਣ ਮੈਂ ਆ ਕੇ ਜੋ ਖਾਊਂਗੀ ਆਪ ਹੀ ਖਾਊਂਗੀ। ਦੇਖੋ ਮੈਂ ਬਣਿਆ ਹੋਇਆ ਦੇ ਕੇ ਆਉਣਾ ਗੁਰਦੁਆਰਾ ਸਾਹਿਬ, ਅਤੇ ਮੰਮੀ ਦੇ ਕਮਰ 'ਚ ਦਰਦ, ਮੰਮੀ 3 ਦਿਨ ਲਗਾਤਾਰ ਚਾਹੀਦੀ ਗੁਰਦੁਆਰਾ ਸਾਹਿਬ ਹੋਈ ਨਾ, ਅਤੇ ਦੁਬਾਰਾ ਦਰਦ ਹੋ ਗਿਆ। ਅੱਜ ਮੰਮੀ ਸਵੇਰੇ ਫਿਜ਼ੀਓਥੈਰੇਪੀ ਕਰਾ ਕੇ ਆਏ ਸੀਗੇ, ਦੇਖ ਕਾਕੇ ਬਿੰਦੂ ਆ ਗਿਆ, ਭਰਜਾਈ ਦਾ ਫੋਨ, ਮੰਮੀ ਲੱਡੂ ਆਈ ਸੀ ਅੱਜ ਬਹੁਤ ਦੇਰ ਦੀ ਖੇਡਣ, ਇੱਧਰ ਦੇਖੋ ਹੁਣ ਭਰਜਾਈ ਮੇਰੇ ਸਾਹਮਣੇ ਲੈਣ ਆ ਰਿਹਾ ਹੈ ਨਾ, ਉਹ ਲੈਣ ਆਉਂਗੇ, ਖੇਡਦੇ ਪਏ ਆ ਦੋਨੋਂ, ਦਿਖਾਈ ਅਰੂ ਆਏ ਆਏ, ਅਰੂ ਨੇ ਸੋਹਣੀ ਫਰੋਕ ਪਾਈ ਹੈ, ਸੋਹਣੀ ਫਰੋਕ। ਅਨਾਜ਼ ਨੇ ਮੇਰੇ ਤੋਂ ਚੀਜ਼ਾਂ ਮੰਗਾਈਆਂ ਸੀ, ਮੈਂ ਲੈ ਕੇ ਆਈ ਹਾਂ ਅਤੇ ਹੁਣ ਖਾ ਵੀ ਨਹੀਂ ਰਹੀ। ਚੱਲੇ ਕੈਸੇ ਜਾਣਾ, ਮੈਂ ਤਾਂ ਰਿਕਸ਼ਾ ਦੇਖ ਰਹੀ ਹਾਂ, ਉਹ ਕੰਮ ਕਰਾ ਰਿਹਾ ਬੰਦਾ, ਰਿਕਸ਼ਾ ਤਾਂ ਫਿਰ ਬਾਹਰ ਜਾ ਕੇ ਮਿਲਣਾ, ਇੱਥੇ ਥੋੜੀ ਗਲੀ 'ਚ ਆਏਗਾ ਰਿਕਸ਼ਾ, ਨਹੀਂ ਉਹ ਖੜਾ ਇੱਕ ਰਿਕਸ਼ੇ ਵਾਲਾ ਆ ਰਿਹਾ ਰੋਕਣਾ, ਗੁਰਦੁਆਰੇ ਜਾਣਾ ਹਰਦੀਪ ਨਗਰ, ਕਿਉਂਕਿ ਮੰਮੀ ਦਾ ਕਮਰ 'ਚ ਦਰਦ ਆ, ਫਿਰ ਅਸੀਂ ਪੈਦਲ ਚੱਲ ਕੇ ਨਹੀਂ ਜਾਵਾਂਗੇ, 4 ਦਿਨ ਪੈਦਲ ਚੱਲ ਕੇ ਜਾਣ ਦਾ ਹੀ ਨਤੀਜਾ ਹੈਗਾ, ਕਿਉਂਕਿ ਜੀਤ ਸੀਗੇ ਨਹੀਂ ਤੇ ਪੈਦਲ ਜਾਣਾ ਪੈ ਰਿਹਾ ਸੀ। ਸਵਾਰੀ ਭਈਆ, ਔਰ ਰਿਕਸ਼ਾ ਲੈ ਭਈਆ, ਚਲੋ ਚਲੋ ਆ ਰਿਹਾ ਭਈਆ, ਰੁਕਣਾ, ਚਲੋ ਚਲੋ ਮਿਲ ਗਿਆ, ਆ ਜਾ ਲਾਟੋ ਗੁਰਦੁਆਰਾ ਸਾਹਿਬ ਚੱਲੀਏ, ਫਿਰ ਪਾਪਾ ਕੋਲ ਬੈਠੇਗੀ ਥੱਲੇ, ਚੱਲ ਫਿਰ ਭਰਜਾਈ ਲੈਣ ਆ ਰਹੀ ਹੈ, ਫਿਰ ਚੱਲ ਜਾਏਗੀ, ਚਲੋ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਆਪਾਂ, ਇੱਥੇ ਕਲੋਨੀ ਦੇ ਗੁਰਦੁਆਰੇ ਹੀ ਜਾਣਾ ਹੈ ਲੋਕਲ ਹੀ, ਚਲੋ ਮੈਂ ਛੱਡ ਕੇ ਆ ਕੇ ਬੈਠਾ ਜੀ, ਇੱਕ ਵਾਰ ਜੇ ਲੇਟ ਕੇ ਬਹਿ ਗਏ ਨਾ ਫਿਰ ਆਲਸ ਹੋ ਜਾਣਾ ਹੈ ਨਾ, ਆ ਕੇ ਚਾਹ ਬਣਾਉਂਦੀ ਹਾਂ ਕਿਉਂਕਿ ਮੈਨੂੰ ਚਾਹ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਮੇਰਾ ਸਿਰ ਬਹੁਤ ਜ਼ਿਆਦਾ ਦਰਦ ਕਰਦਾ, ਇੱਦਾਂ ਹੀ ਜਾਵਾਂਗੇ ਬਿਨਾਂ ਲਿਪਸਟਿਕ ਲੁਪਸਟਿਕ ਲਗਾਏ, ਜਿੱਦਾਂ ਹੈ ਚਲੋ ਫਟਾਫਟ ਹੋ ਕੇ ਆਈਏ। ਅਨਾ ਸੈਂਡਲ ਪਾ ਚੱਲ, ਚੱਲ ਤੁਸੀਂ ਉਤਰੋ ਨਾ, ਮੈਂ ਆ ਗਈ, ਰੁਕਿਆ ਹੋਇਆ ਭਾਈ, ਆ ਗਏ ਪਾਪਾ ਆ ਗਏ, ਹੋਸ਼ ਹੋਸ਼ ਹੀ ਪੈ ਗਈ ਸਾਰੀ। ਲਓ ਜੀ ਰਿਕਸ਼ਾ ਮਿਲ ਗਿਆ ਆਪਾਂ ਨੂੰ, ਹੈ
ਲਾਡੋ ਦੀ ਮੰਮੀ ਲੈਣ ਆ ਗਏ ਸੀਗੇ, ਲਾਡੋ ਚਲੀ ਗਈ ਆਪਣੇ ਹਾਊਸ, ਅਸੀਂ ਚੱਲਿਆ ਮੱਥਾ ਟੇਕਣ। ਇੱਥੇ ਥੋੜਾ ਰਸਤਾ ਥੋੜਾ ਜਿਹਾ ਬਹੁਤ ਜ਼ਿਆਦਾ ਖਰਾਬ ਹੈਗਾ, ਹੌਲੀ ਹੌਲੀ ਚਲਾਇਓ ਭਾਜੀ, ਰਸਤਾ ਖਰਾਬ ਬਹੁਤ ਜ਼ਿਆਦਾ ਇੱਥੇ। ਟੁੱਟੀ ਸੜਕ ਹੈ ਇਸੀ ਲਈ ਤਾਂ ਮੈਂ ਬੋਲਾ ਧੀਰੇ ਧੀਰੇ ਚਲਾਨਾ, ਅਨਾਜ ਕੋ ਪਕੜਨੇ ਕੇ ਲਈ ਬੋਲਾ ਥਾ ਅੰਕਲ ਨੇ। ਲਓ ਜੀ ਆਪਾਂ ਮੱਥਾ ਟੇਕ ਲਿਆ, ਪ੍ਰਸ਼ਾਦ ਵੀ ਦੇ ਲਿਆ, ਪਾਠ ਚੱਲਦਾ ਸੀਗਾ ਅਤੇ ਪ੍ਰਸ਼ਾਦ ਸਾਨੂੰ ਮਿਲਿਆ ਨਹੀਂ ਕਿਉਂਕਿ ਨਾ ਜਿੱਦਾਂ ਕਲੋਨੀ ਦਾ ਗੁਰਦੁਆਰਾ ਨਾ ਇੰਨਾ ਕੋਈ ਆਉਂਦਾ ਨਹੀਂ ਹੈ ਅਤੇ ਪਾਠੀ ਜੀ ਬਾਬਾ ਹੀ ਇਕੱਲੇ ਹੀ ਹੈਗੇ ਆ, ਸੋ ਇਸ ਕਰਕੇ ਪ੍ਰਸ਼ਾਦ ਨਹੀਂ ਮਿਲਿਆ। ਕੋਈ ਗੱਲ ਨਹੀਂ, ਚੱਲ ਬੇਟਾ ਅੰਕਲ ਖੜ੍ਹੇ ਰਿਕਸ਼ੇ ਵਾਲੇ ਅਸੀਂ ਰਿਕਸ਼ੇ 'ਤੇ ਆਇਆ ਬਈਆ, ਉਹ ਦੇਖੋ ਅਸੀਂ ਰੁਕਿਆ ਰਿਕਸ਼ੇ ਵਾਲਾ ਵਾਪਸੀ ਲਈ ਵੀ, ਚੱਲ ਜਲਦੀ ਕਰ ਸੈਂਡਲ ਪਾ ਛੇਤੀ ਕਰ, ਅਨਾਜ ਅੰਕਲ ਨੇ ਜਾਣਾ ਜਲਦੀ ਕਰ ਸੈਂਡਲ ਪਾ ਛੇਤੀ ਕਰ। ਹਾਂਜੀ ਦੋਸਤੋ ਫਿਰ ਸਤਿ ਸ਼੍ਰੀ ਅਕਾਲ, ਵੈਲਕਮ ਬੈਕ। ਉਹੀ ਵਾਲਾ ਵਲੋਗ ਆਪਾਂ ਨੈਕਸਟ ਡੇ ਕਰਦੇ ਹਾਂ ਕੰਟੀਨਿਊ। ਅੱਜ ਹੈਗਾ ਆ ਸੰਡੇ, ਆਰਾਮ ਨਾਲ ਸੁੱਤੇ ਸੀ। ਕੱਲ੍ਹ ਪਤਾ ਵਲੋਗ ਕਿਉਂ ਨਹੀਂ ਬਿਨਾਂ ਗੁਰਦੁਆਰਾ ਸਾਹਿਬ ਤੋਂ ਆਏ, ਗੁਰਦੁਆਰਾ ਸਾਹਿਬ ਤੋਂ ਆ ਕੇ ਸਾਨੂੰ ਬੜੀ ਤੇਜ਼ ਭੁੱਖ ਲੱਗੀ ਹੋਈ ਸੀ, ਫਟਾਫਟ ਮੈਂ ਮੰਮੀ ਨੇ ਰੋਟੀ ਖਾਧੀ ਔਰ ਮੈਨੂੰ ਤਾਂ ਪਤਾ ਵੀ ਨਹੀਂ ਚੱਲਿਆ ਮੈਂ ਸੌ ਕਦੋਂ ਗਈ। ਮੈਂ ਮੰਮੀ ਨੂੰ ਕਿਹਾ ਮੰਮੀ ਮੈਂ ਕੋਲਡ ਕੌਫੀ ਬਣਾਵਾਂਗੀ 10 ਵਜੇ, ਮੈਂ ਸੌ ਗਈ। ਮੈਂ ਕਿਹਾ ਅੱਜ ਨਾ ਮੰਮੀ ਕੋਲਡ ਕੌਫੀ ਪੀਂਦੇ ਹਾਂ, 9:30 ਹੋ ਰਹੇ ਸੀਗੇ, ਮੈਂ ਨਾ 10 ਵਜੇ ਕੋਲਡ ਕੌਫੀ ਬਣਾਵਾਂਗੀ। ਤਾਂ ਮੈਂ ਨਾ ਲੇਟੀ ਹੋਈ ਸੀ, ਲੇਟੇ ਲੇਟੀ ਮੈਂ ਸੋ ਗਈ ਔਰ ਨਾ 8:30 ਹੋ ਗਈ ਸੀ, ਮੈਨੂੰ ਪਤਾ ਹੀ ਨਹੀਂ ਚੱਲਿਆ ਮੈਂ ਕਦੋਂ ਸੋ ਗਈ। ਅਤੇ ਹੁਣ ਅਸੀਂ ਬੜੇ ਆਰਾਮ ਨਾਲ ਉੱਠੇ, ਅੱਜ ਮੈਂ ਇਹਨਾਂ ਨੂੰ ਕੋਲਡ ਕੌਫੀ ਪਿਆ ਦਾਂਗੀ, ਠੀਕ ਹੈ। ਅਸੀਂ ਹੁਣ ਆਰਾਮ ਨਾਲ ਉੱਠੇ, ਟਾਈਮ ਕੀ ਹੋ ਗਿਆ 10:30, ਪਾਪਾ ਨਹਾ ਰਹੇ ਅਤੇ ਅਸੀਂ ਹੁਣ ਚਾਹ ਪੀ ਕੇ ਹਟੇ ਸੀ, ਚਾਹ ਨਾਲ ਮਠਰੀ ਖਾ ਕੇ ਹਟੇ ਸੀ ਅਤੇ ਅੱਜ ਬ੍ਰੇਕਫਾਸਟ ਕੀ ਕਰਨਾ ਇਹ ਸੋਚ ਰਹੇ ਹਾਂ। ਜੀ ਤੁਹਾਨੂੰ ਹਜੇ ਐਜ਼ ਯੂਜ਼ੁਅਲ ਨਹੀਂ ਆਏ ਕਿਉਂਕਿ ਉਹਨਾਂ ਨਾਲ ਉਹਨਾਂ ਨੂੰ ਨਾ ਕੋਈ ਬੱਸ ਮਿਲ ਰਹੀ ਹੈ ਅਤੇ ਨਾ ਕੋਈ ਟ੍ਰੇਨ ਮਿਲ ਰਹੀ ਆ, ਦਿੱਲੀ ਜਾ ਕੇ ਫਸ ਗਏ ਹੈ ਨਾ, ਹਜੇ ਤਾਂ ਕੁਛ ਨਹੀਂ ਮਿਲ ਰਿਹਾ। ਔਰ ਮੇਨ ਚੀਜ਼ ਇਹ ਹੈ ਕਿ ਫੋਨ ਵੀ ਨਹੀਂ ਕਰਦੇ ਜੀਤ, ਕੱਲ ਸ਼ਾਮ ਤੋਂ ਬਾਅਦ ਜੀਤ ਦਾ ਕੋਈ ਫੋਨ ਨਹੀਂ ਆਇਆ, ਕੋਈ ਮੈਸੇਜ ਨਹੀਂ ਆਇਆ, ਕੁਛ ਵੀ ਨਹੀਂ ਕਰਦੇ, ਕੁਛ ਵੀ ਨਹੀਂ ਕਰਦੇ। ਉਹ ਵੀ ਮੈਂ ਹੀ ਫੋਨ ਕੀਤਾ, ਉਹਨਾਂ ਦਾ ਨਹੀਂ ਆਇਆ ਸ਼ਾਮੀ, ਸ਼ਾਮੀ ਵੀ ਕੁਛ ਕੋਈ ਨੇ ਵੀ ਇੰਨੀ ਵਾਰੀ ਫੋਨ ਕੀਤਾ, ਮੈਂ ਦੁੱਧ ਲਈ ਫੋਨ ਕੀਤਾ, ਉਹਨੇ ਫੋਨ ਹੀ ਨਹੀਂ ਕੀਤਾ, ਅਰਜੀ ਨੇ ਦੋਨੋਂ ਫੋਨ ਹੀ ਨਹੀਂ ਕਰਦੇ। ਚਲੋ ਉਹ ਤੁਹਾਡੀ ਤੇ ਬਈ ਜੀਤ ਸਿੰਘ ਨੂੰ ਬੰਦਾ ਬੋਲੇ, ਪਿੱਛੇ ਕੁੜੀ ਵੀ ਹੈਗੀ ਆ, ਇੱਕ ਹੈ ਤੁਹਾਡਾ ਪੂਰਾ ਪਰਿਵਾਰ ਹੈਗਾ, ਤੁਸੀਂ ਫੋਨ ਕਰਕੇ ਗੱਲ ਤਾਂ ਕਰੋ। ਕੋਈ ਫੋਨ ਨਹੀਂ, ਕੋਈ ਮੈਸੇਜ ਨਹੀਂ, ਜਿਹੜਾ ਸ਼ਾਮੀ ਫੋਨ ਕੀਤਾ ਉਹ ਵੀ ਮੈਂ ਕੀਤਾ ਸੀਗਾ, ਉਹਨਾਂ ਦਾ ਕੋਈ ਫੋਨ ਆ, ਮੈਂ ਵੀ ਨਹੀਂ ਕੀਤਾ ਸ਼ਾਮ ਤੋਂ ਬਾਅਦ। ਮੈਂ ਕਿਹਾ ਮੈਂ ਵੀ ਨਹੀਂ ਕਰਨਾ, ਜੋ ਮਰਜ਼ੀ ਹੋ ਜਾਵੇ, ਅੱਜ ਵੀ ਦੇਖ ਲਓ 10:30 ਹੋ ਗਏ, ਹਜੇ ਤੱਕ ਤਾਂ ਖੈਰ ਸੁੱਤੇ ਹੋਏਗੇ। ਕੋਈ ਫੋਨ ਨਹੀਂ ਆਇਆ, ਕੋਈ ਮੈਸੇਜ ਨਹੀਂ ਕਰਦੇ, ਕੁਛ ਨਹੀਂ ਕਰਦੇ, ਕੁਛ ਵੀ ਨਹੀਂ ਕਰਦੇ। ਤਾਂ ਹੁਣ ਜੇ ਇਹਨਾਂ ਦਾ ਫੋਨ ਆਇਆ ਨਾ, ਹੁਣ ਮੈਂ ਦੱਸ ਰਹੀ ਹਾਂ ਸੱਚੀ ਲੜਾਈ ਹੋਏਗੀ, ਜਾਂ ਤਾਂ ਮੈਂ ਫੋਨ ਹੀ ਨਹੀਂ ਚੱਕਣਾ। ਜੇ ਮੈਂ ਚੱਕ ਲਿਆ ਤਾਂ ਮੈਨੂੰ ਪਤਾ ਮੈਂ ਲੜ ਪੈਣਾ, ਇਸ ਤੋਂ ਅੱਛਾ ਮੈਂ ਫੋਨ ਹੀ ਨਹੀਂ ਚੱਕਣਾ, ਮੈਂ ਗੱਲ ਹੀ ਨਹੀਂ ਕਰਨੀ। ਅਤੇ ਹੁਣ ਪਤਾ ਨਹੀਂ ਆਉਣਗੇ ਕਦੋਂ, ਕੋਈ ਆਈਡੀਆ ਨਹੀਂ ਹੈਗਾ ਕਿਉਂਕਿ ਕੋਈ ਬੱਸ ਟ੍ਰੇਨ ਕੁਛ ਵੀ ਨਹੀਂ ਚੱਲ ਰਹੀ, ਹੁਣ ਕੀ ਸਿਸਟਮ ਬਣਾਉਂਦੇ ਆ ਦੇਖਦੇ ਆ। ਸੰਡੇ ਹੈਗਾ, ਅਸੀਂ ਕੀ ਕਰਨਾ, ਕੁਛ ਨਹੀਂ, ਅਸੀਂ ਹੁਣ ਇਹ ਠਹਿਰ ਕੇ ਨਾ, ਸਾਡੀ ਸੁੱਤੀ ਹੋਈ ਆ, ਨਹਾਵਾਂਗੇ ਧੋਵਾਂਗੇ ਦੇਖਦੇ ਆ ਕੀ ਕਰਦੇ ਆ, ਫਿਰ ਅੱਜ ਆਪਾਂ ਦੁਪਹਿਰ ਘੁੰਮਣ ਜਾਵਾਂਗੇ, ਹਮ ਤਾਂ ਨਿਕਲ ਜਾਏਂਗੇ ਘੁੰਮਣੇ, ਪਾਪਾ ਕੋ ਲੈ ਕੇ ਹਮ ਸਵਾਰੀ ਨਿਕਲ ਪੜੇਂਗੇ। ਮੰਮੀ ਦੇ ਨਾ ਐਕਚੁਅਲੀ ਨੱਕ ਦੀ ਹੱਡੀ ਨਹੀਂ ਆ ਗਈ, ਤੇ ਕੁਛ ਜਦੋਂ ਕੋਈ ਜਿੱਦਾਂ ਜ਼ਿਆਦਾ ਉਹ ਗਰਮੀ ਹੁੰਦੀ ਹੈ ਜਾਂ ਕੁਛ ਨੱਕ ਤੇ ਹਲਕਾ ਹਲਕਾ ਵੱਜ ਜਾਂਦਾ ਹੈ ਨਾ, ਤੇ ਹਲਕਾ ਹਲਕਾ ਇੱਥੋਂ ਮਤਲਬ ਇੱਥੋਂ ਬਲੱਡ ਆਉਣਾ ਸਟਾਰਟ ਹੋ ਜਾਂਦਾ ਕਿਉਂਕਿ ਨੱਕ ਦੀ ਹੱਡੀ ਨਹੀਂ ਹੈਗੀ ਮੰਮੀ ਦੀ, ਨਾ ਐਕਸੀਡੈਂਟ 'ਚ ਟੁੱਟ ਗਈ ਸੀ ਹੈ ਨਾ, ਨਿਕਲ ਗਈ ਸੀ, ਅਤੇ ਇਸ ਕਰਕੇ ਉਹ ਜਦੋਂ ਮਾੜਾ ਮੋਟਾ ਜਿੱਦਾਂ ਅਨਾਜ ਵੀ ਕਦੀ ਕਦੀ ਖੇਡਦੇ ਖੇਡਦੇ ਸਿਰ ਵੱਜ ਜਾਂਦਾ, ਉਹ ਵੱਜ ਜਾਂਦਾ ਨਾ, ਤਾਂ ਫਿਰ ਮੰਮੀ ਦੇ ਨੱਕ 'ਚੋਂ ਬਲੱਡ ਆਉਣ ਲੱਗ ਜਾਂਦਾ। ਸੋ ਇਹ ਚੀਜ਼ ਹੈਗੀ ਆ,
अर्जुन चाल के साथ बिस्कुट भी नहीं खाते। अच्छा। ये सरदार जी ना के आ गए, अभी हम दिखाएंगे नहीं, सरदार जी ने कपड़े नहीं पाए हैं, कच्चे बनान में आए हैं बाहर मोड़े दे। मम्मी इत्थे कट रहे हैं लहसुन अदरक क्योंकि सब्जी नू लाना है तड़का, ते असी तड़का तुड़का ला के राइस बना के छोले राइस बना के जावांगे। कल दे छोले उबले हुए सीगे क्योंकि कुछ तो आपां गुरुद्वारा साहब देख के आए सी, तुसी देखे सी थोड़े जे पए हुए आ, ते उहनां नू ढक्कन नहीं निकल रहा। देखो उहनां नू मैं कहा मम्मी तुसी मैनू बैठे बैठे लहसुन अदरक छिल दो, फिर उन्हां नू तड़का लावांगे। हुण ब्रेकफास्ट लई देखदे आ की खाणा, नहीं ते मैं सोच रही हूँ आलू उबल नहीं रखदा, मैं अद्धे घंटे च उबल जाणगे, ते आलू वाले परांठिया का नाश्ता कर लाँगे, है ना। पर मौसम कुछ अद्धा है, प्योर पूरी धुप चढ़ी हुई है ना, गर्मी बहुत होने लग गई। असं लोग बैंक च बैठ के अंदर काम करते ना, सानूं पता नहीं चलता कि बाहर इन्नी गर्मी है। जिदा हम कोई सेल स्टाफ है, जिदा मुंडे वगैरह बाहर जाते हैं, है ना, फिर दसदे आ या कस्टमर आते दसदे इन्नी गर्मी है या आप बाहर निकलो तो पता चलता, अंदर बैठे पता नहीं चलता कि हाँ बाहर इन्नी गर्मी भी हैगी है। इतों जाके अंदर उत्थे बह जाना, उतों निकल के घर आके बह जाना, सो फिर बाहर का इन्ना फील नहीं होंगे, है ना। सो हम देखते हैं आप की ब्रेकफास्ट बनाने, अना सुती हुई है हजे पूरा, दीदी साफ सफाई भी करा आएगी, कमरे कमरे भी साफ करने, बाहर कपड़े तैयार लगन वाले पे हुए वो भी लाने, मैं एक दो काम होर करने, जाना भी है, नहाना भी है, हेयर भी वॉश करने, बहुत सारे काम करने अज करन वाले। तो व्लॉग नहीं सी बन पाया क्योंकि कल मम्मा भी थोड़ी ठीक नहीं सी, मैं भी थोड़ी ठीक नहीं सी, प्रॉपर व्लॉग नहीं बना पाए। सो यह वाला व्लॉग तुम इन्ना की कबूल करो, है ना। तो देखते हैं जी थर जी कदों तक वापस आते हैं, हजे सानू कुछ नहीं पता, कोई आइडिया नहीं है, तो फोन ही नहीं करते तो दसन की, है ना भाई। तो बाकी चलो तुम सारे जने चैनल में सबसक्राइब कर दियो, वीडियो में लाइक शेयर कमेंट कर दियो, इंस्टाग्राम पर सानू फॉलो कर लियो। सो होप्स असं जितने घूम जावे नैक्सट व्लॉग तुम जरूर आप, मैं हमने थोड़ी देर तक स्टार्ट कर दूँगी थोड़ा जहा काम कुम करके नैक्सट व्लॉग, तो फिर तुम्हारे लिए लैके आवेंगे। बाकी संडे इंजॉय करो, कि सब की छुट्टी होंगी है वैसे संडे, तो जेडे जिन्हों का खुद का काम है ना वो हो सकता है कि उन्होंने काम से जाओ शॉप वगैरह ओपन रखन, है ना, या अपना फैक्ट्री वगैरह ओपन रखन, वैसे तो जेडे जॉब करते उन्होंने छुट्टी होंगी है। चलो टाटा बाय बाय, चैनल सब्सक्राइब कर दियो, वीडियो में लाइक शेयर कमेंट कर दियो, इंस्टाग्राम पर फॉलो कर दियो, छोले चावल मैं तुम्हें नेक्स्ट व्लॉग से दिखाऊंगी बना के, ठीक है, बाय।